हरियाणा लाइव न्यूज देख रहे तमाम दर्शकों नूं मेरे वल्लों जानी हरमिंदर सिंह वल्लों सत श्री अकाल जी। अज असी बड़ी ही मंदभागी खबर दे नाल कस्बा टांगरा विखे पहुंचे हाँ, जिथे कि एक नहीं दो नहीं तकरीबन तीन घरां दे विच चोरी नूं अंजाम दिता गया है ते लखां दा समान चोर लैके रफू चक्कर हो चुके ने। मेरे नाल खड़े ने सरदार सतनाम सिंह जी, जानते हैं उन्होंने पासों कि ये जो चोरी की घटना हुई किस तरह हुई? ये जी रात को 2:30 बजे चोर आए, 2:30 बजे चोर आए, रात 15 पुट गए तो समान घरों चोरी करके ले गए जी। कोई होम थिएटर ही, कोई प्रेस, कोई सोना ही, कोई नकदी। टोटल किन्ना तो मतलब कि अपना नुकसान हो चुका? 30-35 हज़ार का नुकसान होगा। 30-35 हज़ार दाखिल होए ते ऐ ग्रिल लगी सी, उन्हां ग्रिलां वांग इस बार ਇਹ ਗ੍ਰਿਲ ਲੱਗੀ ਸੀ, ਸੱਬਲ ਦੇ ਸਾਰੇ ਉਹਨਾਂ ਨੇ ਗ੍ਰਿਲ ਪੁੱਟੀ ਅਤੇ ਇੱਧਰ ਦੀ ਉਹ ਦਾਖਲ ਹੋ ਕੇ ਉਹਨਾਂ ਨੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਸੋ ਦੇਖ ਸਕਦੇ ਹੋ ਕਿ ਅੰਦਰ ਦਾ ਦ੍ਰਿਸ਼ ਬਾਹਰੋਂ ਹੀ ਸਾਫ਼ ਦਿਖਾਈ ਦੇ ਰਿਹਾ ਹੈ ਅਤੇ ਇਸੇ ਤਰ੍ਹਾਂ ਹੀ ਗ੍ਰਿਲਾਂ ਲੱਗੀਆਂ ਸਨ, ਮਜ਼ਬੂਤ ਗ੍ਰਿਲਾਂ ਨੇ, ਪਰ ਫਿਰ ਵੀ ਉਹਨਾਂ ਨੇ ਪਤਾ ਨਹੀਂ ਕਿਸ ਤਰ੍ਹਾਂ ਜ਼ੋਰ ਨਾਲ ਇਹ ਉਖਾੜ ਕੇ ਅੰਦਰ ਦਾਖਲ ਹੋਏ। ਸੋ ਮੈਂ ਹੋਰ ਅੰਦਰ ਦਾ ਦ੍ਰਿਸ਼ ਜੋ ਕਿ ਨੁਕਸਾਨ ਹੋਇਆ ਉਹ ਵੀ ਦ੍ਰਿਸ਼ ਦਿਖਾ ਦਿੱਤੇ। ਇੱਥੇ ਕੀ ਜੀ? ਹੋਮ ਥੀਏਟਰ। ਇੱਥੇ ਹੋਮ ਥੀਏਟਰ ਸੀ ਜੋ ਚੋਰ ਉਖਾੜ ਕੇ ਲੈ ਗਏ ਨੇ। ਸੋ ਹੋਰ ਜਾਣਕਾਰੀ ਦੇ ਰਹੇ ਨੇ ਸਾਡੇ ਵੀਰ ਪੀੜਤ ਸਤਨਾਮ ਸਿੰਘ ਜੀ, ਇਹਨਾਂ ਦਾ ਕਹਿਣਾ ਹੈ ਕਿ ਸਾਡੇ ਭਰਾ ਜੋ ਨੇ ਉਹ ਫੋਰਨ ਕੰਟਰੀ ਵਿੱਚ ਨੇ ਅਤੇ ਇਹ ਦੇਖ ਸਕਦੇ ਹੋ ਜੋ ਉਹਨਾਂ ਨੇ ਪੇਟੀਆਂ ਦੀ ਫੋਲਾ ਫਰਾਲੇ ਕੀਤੀ ਅਤੇ ਇੱਥੋਂ ਵੀ ਉਹ ਸਮਾਨ ਲੈ ਕੇ ਰਫੂ ਚੱਕਰ ਹੋ ਗਏ। ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਪਾਸੋਂ, ਕੀ ਮੰਗ ਕਰਦੇ ਹੋ? ਅਸੀਂ ਕਹਿੰਦੇ ਵੀ ਚੋੜਾਂ ਨੂੰ ਛੇਤੀ ਪਕੜਿਆ ਜਾਵੇ, ਜਿਹੜਾ ਸਾਡਾ ਸਮਾਨ ਵਾ ਜੋ ਨਕਦੀ ਆ ਉਹ ਸਾਨੂੰ ਵਾਪਸ ਦਵਾਈ ਜਾਵੇ। ਬਿਲਕੁਲ ਬਿਲਕੁਲ, ਇਹੋ ਸਾਡੀ ਮੰਗ ਆ ਪ੍ਰਸ਼ਾਸਨ ਕੋਲੋਂ। ਠੀਕ ਹੈ ਜੀ, ਧੰਨਵਾਦ ਜੀ। ਸੋ ਜਦ ਇਹਨਾਂ ਚੋਰੀਆਂ ਬਾਰੇ ਵਿਸਥਾਰ ਨਾਲ ਜਾਣਨ ਲਈ ਕਸਬਾ ਟਾਂਗਰਾ ਦੀ ਪੁਲਿਸ ਚੌਂਕੀ ਵੇਖੇ ਗਏ ਤਾਂ ਉੱਥੇ ਚੌਂਕੀ ਇੰਚਾਰਜ ਸਰਦਾਰ ਰਾਜਵਿੰਦਰ ਸਿੰਘ ਨਾ ਮਿਲਣ ਕਰਕੇ ਜਾਣਕਾਰੀ ਨਹੀਂ ਮਿਲ ਸਕੀ, ਲੇਕਿਨ ਡਿਊਟੀ ਅਫਸਰ ਸਰਦਾਰ ਰਵਿੰਦਰ ਸਿੰਘ ਹੋਣਾਂ ਨੇ ਦੱਸਿਆ ਕਿ ਰਿਪੋਰਟ ਲਿਖ ਲਈ ਗਈ ਹੈ ਅਤੇ ਜਾਂਚ ਜਾਰੀ ਹੈ। ਜਿਸ ਤਰ੍ਹਾਂ ਵੀ ਜਦੋਂ ਵੀ ਦੋਸ਼ੀਆਂ ਦੀ ਪਹਿਚਾਣ ਹੁੰਦੀ ਹੈ ਤਾਂ ਉਸ ਨੂੰ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਜਾਵੇਗਾ। ਕੈਮਰਾਮੈਨ ਰਾਵਲਪ੍ਰੀਤ ਦੇ ਨਾਲ ਹਰਮਿੰਦਰ ਗਿੱਲ।